ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ। ਅੱਜ ਕੱਲ੍ਹ ਬੜਾ ਦਿਲ ਕਰਦਾ ਕਿ ਸਵਾਗਤ ਕਰਨ ਵੇਲੇ ਨਿੱਘਾ ਸ਼ਬਦ ਲਾ ਲਈਏ, ਕਿਉਂਕਿ ਸੀਤ ਲਹਿਰ, ਠੰਡ ਕੱਲ੍ਹ ਦੀ ਪਰਸੋਂ ਦੀ ਕਾਫੀ ਜ਼ਿਆਦਾ ਵਧੀ ਹੋਈ ਹੈ। ਸੋ ਘਰਾਂ 'ਚ ਰਹੋ, ਤੰਦਰੁਸਤ ਰਹੋ। ਜੇ ਬਾਹਰ ਜਾਣਾ ਹੈਗਾ ਤਾਂ ਆਪਣੇ ਕੱਪੜੇ ਵਗੈਰਾ ਪਾ ਕੇ ਜਾਓ, ਔਰ ਆਪਣੇ ਬੱਚਿਆਂ ਦਾ ਖਿਆਲ ਰੱਖੋ, ਔਰ ਖਾਸ ਤੌਰ 'ਤੇ ਜਿਹੜੇ ਕਿਸਾਨੀ ਅੰਦੋਲਨ 'ਚੋਂ ਪਰਤੇ ਨੇ, ਥੱਕੇ ਟੁੱਟੇ, ਉਹਨਾਂ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਸਾਡੇ ਸਟੂਡੈਂਟਸ, ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਜਿਨ੍ਹਾਂ ਨੇ ਬਾਹਰ ਜਾਣਾ ਹੈ, ਔਰ ਇਹ ਮਨ 'ਚ ਇਕੱਲਾ ਆਵਾਸ ਪ੍ਰਵਾਸ ਦੇ ਮਾਮਲੇ 'ਚ ਟਿਪਸ ਨਹੀਂ ਦਿੰਦਾ। ਤੁਸੀਂ ਇੱਥੇ ਪੜ੍ਹਨਾ ਤਾਂ ਵੀ ਅਸੀਂ ਹਾਜ਼ਰ ਹਾਂ ਜੀ। ਕੋਈ ਕਿਸੇ ਆਫਿਸਰ ਨਾਲ ਗੱਲ ਕਰਾਉਣੀ ਹੈ, ਕਿਸੇ ਕੌਂਸਲਿੰਗ ਲੈਣੀ ਹੈ, ਵਿਦੇਸ਼ ਜਾਣਾ ਤਾਂ ਵੀ ਇੱਕ ਬਹੁਤ ਵੱਡਾ ਪੈਨਲ ਹੈ ਦੇਸ਼ ਪ੍ਰਦੇਸ਼ ਕੋਲ। 80 ਤੋਂ ਜ਼ਿਆਦਾ ਕੰਸਲਟੈਂਟਸ ਇਸ ਵਕਤ ਐਕਟੀਵੇਟਡ ਨੇ ਜੀ ਸਾਡੇ ਨਾਲ। ਜਿਹਦੇ ਕੋਲ ਸਮਾਂ ਹੁੰਦਾ ਉਹਨਾਂ ਨੂੰ ਅਸੀਂ ਜ਼ਰੂਰ ਬੁਲਾ ਲੈਂਦੇ ਹਾਂ, ਔਰ ਬੁਲਾਉਣ ਦੇ ਨਾਲ ਨਾਲ ਇੱਕ ਸਾਡਾ ਹੋਰ ਤਹੀਆ ਹੁੰਦਾ ਕਿ ਕਿਸੇ ਕੰਸਲਟੈਂਟਸ ਕੋਲ ਬਹੁਤ ਵੱਡਾ ਮੁੱਦਾ ਹੋਵੇ ਤਾਂ ਅਸੀਂ ਸ਼ੋਅ ਔਰਗਨਾਈਜ਼ ਜ਼ਰੂਰ ਕਰਦੇ ਹਾਂ। ਪਿਛਲੇ 10-15 ਦਿਨਾਂ ਤੋਂ ਗੱਲ ਹੋ ਰਹੀ ਹੈ ਕਿ 21 ਖਤਮ ਹੋ ਰਿਹਾ, 22 ਦੀ ਦਸਤਕ, ਮਈ ਦੀਆਂ ਸੀਟਾਂ, US UK ਦਾ ਵੀਜ਼ਾ, ਆਸਟ੍ਰੇਲੀਆ ਦੀ ਅਨਾਊਂਸਮੈਂਟ, ਕੈਨੇਡਾ ਦੀ ਰਿਫਿਊਜ਼ਲ, ਔਰ ਫਰੈਸ਼ ਕੇਸਿਸ ਵਿੱਚ ਕੁਛ ਬੱਚਿਆਂ ਨੇ ਸਾਨੂੰ ਵੀ ਸਵਾਲ ਕੀਤੇ, ਔਰ ਸਾਡੇ ਐਕਸਪਰਟਸ ਗੁਰਪ੍ਰੀਤ ਜੀ CFC ਤੋਂ, ਇਹਨਾਂ ਨੂੰ ਵੀ 20-25 ਬੱਚੇ ਪਿਛਲੇ 15 ਦਿਨ 'ਚ ਮਿਲੇ ਕਿ ਜੀ ਅਸੀਂ PT ਕੀਤੀ ਹੈ, ਅਸੀਂ ਜਾ ਸਕਦੇ ਹਾਂ, ਨਹੀਂ ਜਾ ਸਕਦੇ, ਜਾ ਸਕਦੇ ਹਾਂ ਤਾਂ ਕਿਹੜੇ ਕਾਲਜ, ਯੂਨੀਵਰਸਿਟੀ ਜਾ ਸਕਦੇ ਹਾਂ, IELTS ਕਰ ਲਈਏ, PT ਨਾਲ ਅਪਲਾਈ ਕਰੀਏ, ਕੋਈ ਜ਼ਿਆਦਾ ਸਾਡੇ ਕੋਲ ਸਕੋਪ ਵੱਡਾ ਕਾਲਜਾਂ ਦਾ, ਯੂਨੀਵਰਸਿਟੀਆਂ ਦਾ ਬਣਦਾ, ਜਾਂ ਕੁਛ ਲਿਮਿਟਡ ਸੀਟਸ ਮਿਲਣਗੀਆਂ, ਜਾਂ ਵੀਜ਼ਾ ਦੇ ਚਾਂਸ ਕਿੰਨੇ PT ਨਾਲ, IELTS ਕਰੀਏ ਜਾਂ PT ਦੇ ਨਾਲ ਹੀ ਆਪਣੀ ਤਿਆਰੀ ਆਰੰਭ ਲਈਏ ਐਪਲੀਕੇਸ਼ਨ ਪਾਉਣ ਦੀ। ਇਸ ਤੋਂ ਇਲਾਵਾ SDS ਜਿਹੜਾ ਹੈਗਾ, ਰੌਲਾ ਪਾ ਰਿਹਾ ਹੈਗਾ ਸਕਸੈਸ ਰੇਟ ਹੈ। ਹੁਣ ਨੌਨ SDS ਕਿੱਥੇ ਸਟੈਂਡ ਕਰਦਾ? ਬੱਚਾ ਅਪਲਾਈ ਕਰੇ ਜਾਂ ਨਾ ਕਰੇ, ਜੇ ਕਰੇ ਤਾਂ ਕਿਸ ਤਰ੍ਹਾਂ ਕਰੇ, ਕਿਸ ਕੰਸਲਟੈਂਟਸ ਦੀ ਸਲਾਹ ਲਵੇ, ਕਿਸ ਤਰ੍ਹਾਂ ਦੀ ਸਲਾਹ ਲਵੇ। ਇਸ ਤੋਂ ਇਲਾਵਾ ਬਹੁਤ ਸਾਰੇ ਸਵਾਲ ਕੈਨੇਡਾ ਦੇ, UK ਦੇ, ਆਸਟ੍ਰੇਲੀਆ ਦੇ, ਔਰ ਈਵਨ ਯੂਰਪ ਦੇ ਸਵਾਲ ਆਉਣ ਲੱਗੇ ਸਾਨੂੰ ਕਿ ਘੱਟ ਫੀਸ ਵਾਲੇ ਜਿਹੜੇ ਦੇਸ਼ ਨੇ ਉਹਨਾਂ ਦੀ ਗੱਲ ਕਰੋ, 3-4 ਲੱਖ ਵਾਲੇ। ਸੋ ਇਹ ਸਵਾਲ ਸਾਡੇ ਨੇ ਜੀ, ਮੈਂ ਪੁੱਛਣ ਦੀ ਕੋਸ਼ਿਸ਼ ਕਰੂੰਗਾ, ਤੁਹਾਡੇ ਵੱਲੋਂ ਆਏ ਹੋਏ ਨੇ, ਤੁਸੀਂ ਵੀ ਲਾਈਵ ਕਾਲ ਕਰਕੇ ਸਾਡੇ ਨਾਲ ਆਪਣਾ ਸਵਾਲ ਸਾਂਝਾ ਕਰ ਸਕੋਗੇ। ਗੁਰਪ੍ਰੀਤ ਜੀ, ਸਵਾਗਤ ਹੈ। ਥੈਂਕ ਯੂ ਰਣਵੀਰ। ਗੁਰਪ੍ਰੀਤ ਜੀ, ਸ਼ੁਰੂਆਤ ਕਰ ਲਈਏ, ਜਿਹੜੀ ਤੁਸੀਂ ਮੁੱਦਾ ਉਠਾਇਆ, ਔਰ ਮੈਂ ਵੀ, ਸਾਨੂੰ ਵੀ ਸਵਾਲ ਆਏ ਸੀ, ਆਪਾਂ ਸਾਂਝਾ ਮੁੱਦਾ ਉਠਾ ਰਹੇ ਹਾਂ ਕਿ PT ਕਿੱਥੇ ਸਟੈਂਡ ਕਰਦੀ ਹੈ ਕੈਨੇਡਾ ਦੇ ਵਿੱਚ। ਰਣਵੀਰ ਜੀ, ਮੈਂ ਹੁਣ ਤੱਕ 25-30 ਸਟੂਡੈਂਟਸ ਨੂੰ ਮਿਲ ਚੁੱਕੀ ਹਾਂ, ਉਹਦੇ ਵਿੱਚੋਂ ਜੇ ਮੈਂ ਗੱਲ ਕਰਾਂ, 5-6 ਸਟੂਡੈਂਟ ਐਵੇਂ ਦੇ ਨੇ ਜਿਨ੍ਹਾਂ ਨੂੰ ਕਿਸੇ ਕੰਸਲਟੈਂਟ ਨੇ ਗਾਈਡ ਕੀਤਾ ਹੈ ਕਿ PT ਦੇ ਉੱਤੇ ਤੁਸੀਂ ਕੈਨੇਡਾ ਅਪਲਾਈ ਨਹੀਂ ਕਰ ਸਕਦੇ, ਬੱਚੇ ਦਾ PT ਸਕੋਰ ਅੱਛਾ ਹੈ, ਬਟ ਫਿਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ IELTS ਦਾ ਪੇਪਰ ਦਿਓ ਜੇ ਤੁਸੀਂ ਕੈਨੇਡਾ ਜਾਣਾ। ਆਸਟ੍ਰੇਲੀਆ ਫਿਲਹਾਲ ਬੰਦ ਹੈ, ਆਸਟ੍ਰੇਲੀਆ ਹਜੇ ਓਪਨ ਨਹੀਂ ਹੈ, ਅਤੇ ਤੁਸੀਂ PT ਸਕੋਰ ਦੇ ਬੇਸ 'ਤੇ ਨਹੀਂ ਜਾ ਸਕਦੇ। ਹੁਣ ਬੱਚਾ ਕਿਤੇ ਨਾ ਕਿਤੇ ਕਨਫਿਊਜ਼ ਹੋ ਗਿਆ, ਉਹ ਕਹਿੰਦਾ ਮੈਡਮ PT ਸਕੋਰ 'ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਕਾਉਂਸਲਿੰਗ ਲੈ ਲਾ, ਤੂੰ ਮੇਰੇ ਤੋਂ ਆ ਕੇ ਜਿਹੜੀ ਆ ਕਿ ਕੈਨੇਡਾ ਲਈ, ਮੈਂ ਇਨਟੇਕ ਲਈ ਅਪਲਾਈ ਕਰ ਲਾ, ਤੂੰ ਡਿਲੇ ਨਾ ਕਰਨੀ, ਬਟ ਮੈਂ ਤਾਂ IELTS ਦਾ ਪੇਪਰ ਅਟੈਂਪਟ ਕਰਨਾ ਹੈ, ਮੈਂ IELTS ਦਾ ਪੇਪਰ ਭਰਿਆ ਹੋਇਆ, ਮੈਂ ਤਾਂ ਪੇਪਰ ਦੇਣਾ, ਕਿਉਂਕਿ ਮੈਨੂੰ ਕਿਸੇ ਕੰਸਲਟੈਂਟ ਨੇ ਦੱਸਿਆ ਕਿ PT ਸਕੋਰ ਜਿਹੜਾ ਤੇਰਾ ਹੈ ਇਹ ਕੰਸੀਡਰ ਨਹੀਂ ਹੁੰਦਾ ਕੈਨੇਡਾ ਦੇ ਵਿੱਚ। ਅਸੀਂ ਇਸ ਮੰਚ ਦੇ ਵਿੱਚ ਹਮੇਸ਼ਾ ਰਣਵੀਰ ਜੀ ਨੇ ਵੀ ਕੁਐਸਚਨ ਪੁੱਛਣ ਦੀ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਅਵੇਅਰਨੈਸ ਹੋਵੇ, ਬੱਚਿਆਂ ਨੂੰ ਨੌਲੇਜ ਆਵੇ ਕਿ ਬੱਚਿਆਂ ਨੂੰ ਪਤਾ ਲੱਗੇ PT ਸਕੋਰ ਕਦੋਂ ਤੋਂ ਲੈ ਕੇ ਲਾਗੂ ਹੋ ਚੁੱਕਿਆ ਹੈ। ਮੈਨੂੰ ਹੁਣ ਸਮਾਂ ਨਹੀਂ, ਮੈਂ ਇੱਥੇ ਬੋਲ ਸਕਦੀ, ਬਟ ਕਾਫੀ ਟਾਈਮ ਤੋਂ PT ਸਕੋਰ ਨੂੰ ਕੰਸੀਡਰ ਕਰ ਰਿਹਾ ਕੈਨੇਡਾ, ਕਦੀ ਉਹ ਬੱਚਿਆਂ ਨੂੰ ਮਨਾ ਨਹੀਂ ਕਰ ਰਿਹਾ ਕਿ ਤੁਸੀਂ IELTS। ਜੀ, ਇਸ ਕਰਕੇ ਵੀ ਕਨਫਿਊਜ਼ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਐਡ ਆਨ ਕਰਨੀ ਚਾਹਾਂਗਾ। ਕਈ ਵਾਰ ਕਿਸੇ ਕੰਸਲਟੈਂਟ ਕੋਲ ਜਾਂਦਾ, ਉਹਦੇ ਕੋਲ ਮੰਨ ਲਓ ਇਹ ਕਾਲਜ ਹੈ, ਉਹ ਕਾਲਜ ਅੱਗੇ ਐਕਸੈਪਟ ਨਹੀਂ ਕਰਦਾ ਜੀ, ਕੰਸਲਟੈਂਟ ਨੂੰ ਇਹ ਗੱਲ ਨਹੀਂ ਦੱਸਦਾ ਕਿ ਮੇਰੇ ਵਾਲਾ ਕਾਲਜ ਐਕਸੈਪਟ ਨਹੀਂ ਜੀ ਕਰ ਰਿਹਾ, ਕੈਨੇਡਾ ਤਾਂ PT ਨਹੀਂ ਚੱਲਦੀ। ਬਿਲਕੁਲ, ਹੁਣ ਕਾਲਜ ਹੋ ਸਕਦਾ ਹੈ ਐਕਸੈਪਟ ਨਾ ਕਰਦਾ ਹੋਵੇ PT, ਬਟ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਕਿ ਕੈਨੇਡਾ ਦੇ ਵਿੱਚ PT ਸਕੋਰ ਨਹੀਂ ਚੱਲੇਗਾ, ਉਹ ਗਲਤ ਚੀਜ਼ ਹੈ। PT ਸਕੋਰ ਜਿਹੜਾ ਹੈ ਕੰਸੀਡਰ ਹੈ ਕੈਨੇਡਾ 'ਚ, ਜੇ ਮੇਰੇ ਕੋਲ 100-200 ਕਾਲਜਿਸ ਦੇ ਵਿੱਚੋਂ 5-6 ਕਾਲਜਿਸ ਹੋਣਗੇ ਜਿਹੜੇ PT ਸਕੋਰ ਵਾਲੇ ਬੱਚਿਆਂ ਨੂੰ ਨਹੀਂ ਲੈਂਦੇ, ਬਾਕੀ ਸਾਰੇ ਕਾਲਜ ਜਿਹੜੇ ਆ PT ਸਕੋਰ ਨੂੰ ਅਸੈਪਟ ਕਰਦੇ ਨੇ। IELTS ਲੈਵਲ ਦਾ ਹੀ ਇਹ ਕੋਰਸ ਹੈ, ਇਸ ਕਰਕੇ ਬੱਚਾ ਜਿਹੜੇ PT ਕੀਤੀ ਉਹ ਕੈਨੇਡਾ ਅਪਲਾਈ ਕਰ ਸਕਦਾ ਹੈ, ਔਰ PT ਸਕੋਰ ਦਾ ਥੋੜ੍ਹਾ ਅਪ ਵੀ ਗਿਆ ਹੈ, ਜਿਹੜਾ ਕਿ IELTS ਦੇ ਕੰਸੀਡਰ ਹੁੰਦਾ ਸੀਗਾ, ਜਿਹੜਾ 6, ਅੱਜ ਕੱਲ੍ਹ ਬੱਚੇ ਦਾ 56 ਹੈ, ਤਾਂ ਉਹ 6 ਦੇ ਲੈਵਲ ਦਾ ਕੰਸੀਡਰ ਹੋ ਰਿਹਾ। ਇਸ ਕਰਕੇ PT ਵਾਲੇ ਬੱਚਿਆਂ ਲਈ ਕਾਫੀ ਆਪਸ਼ਨਸ ਨੇ ਸਾਡੇ ਕੋਲ ਅਪਲਾਈ ਕਰ ਸਕਦੇ। ਅੱਗੇ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਜੀ ਐਕਚੁਅਲੀ ਮੈਂ PT ਕੀਤੀ ਹੋਈ ਹੈ ਸਰ, 50 ਸਕੋਰ ਹੈਗੇ ਆ ਮੇਰੇ। ਕੀ ਮੈਂ ਆਸਟ੍ਰੇਲੀਆ ਦੇ ਲਈ ਫਾਈਲ ਅਪਲਾਈ ਕਰ ਸਕਦੀ ਹਾਂ? ਆ ਬਿਲਕੁਲ, ਆਸਟ੍ਰੇਲੀਆ 'ਚ ਤਾਂ ਐਕਸੈਪਟਡ ਹਨ। ਨੰਬਰ ਤੁਸੀਂ ਦੱਸ ਦਿਓ ਜੀ ਕਿ 50 ਸਫੀਸ਼ੀਐਂਟ ਨੇ ਜਾਂ ਵੱਧ ਘੱਟ ਲੈਣੇ? ਦੇਖੋ,
रणबीर जी 50 ने बच्चे दे, बाकी हुण बच्चे ने लास्ट अपनी स्टडी नहीं दसी, बाकी ठीक ने बच्चे दा जिहड़ा पीटी स्कोर आ अप्लाई कर सकदे हो। जे तुहानूं लगदा है कि इंप्रूव कर लोगे दोबारा पेपर अटैम्प्ट करके तो इंप्रूव थोड़ा बहुत कर लो ताकि उहदा बेनीफिट तुहानूं ही होगा। जे तुसीं इस पीटी स्कोर ते भी अप्लाई करना चाहुंदे हो तो अप्लाई हो जाऊगा जी। गुरप्रीत जी दोबारा पीटी ते और कैनेडा ते आउणे फिर आस्ट्रेलिया वाला जी। जिहड़ा सवाल अज दा है उह इह है कि आइल्स बेहतर है या पीटी बेहतर है, पहला सवाल। दूसरा यह है कि लिमिटेड कॉलेज ते यूनिवर्सिटियां मिलदी हैं सिटी वाले नूं या उन्नी ही मिलदी हैं जिन्नी आइल्स नूं मिलदी हैगियां। थर्ड यह है कि जो बच्चा करनी चलिया है एक पास तो उन्हें पीटी की हुई है वो लाइन च लग के नाल आइल्स का पेपर भी दे या की सुजैशन है तुहाडे कोल? देखो रणबीर जी बच्चा अपने कंफर्ट लई करदा है, जे उन्हूं पीटी च ईजी लगता बच्चा पीटी करता है, जे उन्हूं आइलट्स का ईजी लगता आइलट्स का। कई बच्चे दोनों पेपर अटैम्प्ट करते हैं बट मेरे अकॉर्डिंगली एक पेपर के उत्ते बच्चे अपनी एनर्जी सारी लगानी चाहिए आ। दो जगह तुम अपलाई करोगे दो जगह थोड़ा ध्यान होगा, इस तो अच्छा तुम आइलट्स दे लो ताकि दोनों कंट्रियाज के कंसीडर आ। पीटी भी दोनों कंट्रियाज कंसीडर है, कोई प्रॉब्लम नहीं है जो पीटी भी की है बच्चे ने। बट जो आप गल करते हैं स्पैसीफिक एक ही चीज़ दे कि उन्होंने आप सुजैसट करते हैं असी तो आइलट्स ही कहने कि आइलट्स का ही पेपर देवे। पीटी स्कोर बच्चा उदों जाता है जो बच्चा वो कंफर्टेबल होता है, कोई उन्होंने इंस्टीट्यूट उमें मिल जाता है, पीटी वाला कोई टीचर एवं का मिल जाता है, बच्चे को लगता मैं इतने कंफर्टेबल हाँ मैं पीटी ही करनी हाँ। तो जिवें तुसीं गल की कि बच्चे को पीटी वाले नूं भी उन्ना ही स्कोप है जिन्ना आइलट्स वाले बच्चे नूं, बिल्कुल उन्ना ही स्कोप है। की है कि एक दो कॉलेज दसां दे विच्चों कि बच्चे नूं मना कर देन पीटी वाले नूं, बाकी सारे कॉलेज अक्सैप्ट करते हैं बच्चे को। अच्छी ऑप्शन पीटी को वाले बच्चे को भी हैगी आइलट्स वाले को भी हैगी है, जो एक डिफरेंट सीगा वो खत्म कर दिता है गवर्नमेंट ने। बल्कि पीटी वाले स्कोर वाले 56 वाले हमेशा वो लिया जाता है 5.5 के हूँ, वो 6 के लिए एलिजिबल है 6 आइलट्स स्कोर के लिए। तो इस करके जोड़ा बच्चे लगता है कि थोड़ा मैं आइलट्स को अच्छे तरीके नहीं दे सकता तो वो पीटी ईजी है, पीटी कर ले बच्चा जी। गुरप्रीत जी हूँ आने दूसरे मुद्दे के उपर जी कि पीटी च बैंड घट ने जां आइल्स दे विच एक मॉड्यूल च 5.5 ने जां 2 च ने जी। असीं बहुत वड्डे प्रवचन तां झाड़ दिंदे कि दोबारा आइल्स करो, बच्चा बेचारा कई बार कहिंदा कि 6 वार तां कर ली होर किन्ने कु वारी करां जी। हुण SDS बारे भी दसो ना नॉन SDS बारे भी दसो, अपलाई करां ना करां, जिहड़े लोग करदे ने सक्सैस होंदे ने उह किवें होंदे ने सक्सैस? रणबीर जी बिल्कुल तुसीं गल सही कीती आ। हुण जे 6 ईच वाला बच्चा SDS वाला बच्चा रिजैक्ट हो जाए उहदा कोई मुद्दा नहीं है, बट जे नॉन SDS वाला बच्चा गलती नाल रिजैक्ट हुंदा है तो उहदे ते असीं सारे कंसल्टेंट बोलदे हां नॉन SDS फाइल्स ही बच्चे दी तू 6 ईच ले आ, मैं तेरा वीज़ा ग्रांट करा दिंदा है। जदों 6 ईच वाला बच्चा हुंदा उहदे ते कोल साडे कोल कोई एक्सक्यूज़ नहीं हुंदा कि तेरा SDS कीहड़ी कैटेगरी च लग्गिया तू क्यों रिफ्यूज़ आ। हुण जदों बच्चा 2 वार पेपर दिता 3 वार दिता 4 वार 5 वार हद बच्चा 6-7 वार पेपर दिंदा, उस तो बाद बच्चा कहिंदा हुण मैं फैड अप हां, जे तां मेरा इस आइलट स्कोर ते अप्लाई हुंदा है तो कर दो नहीं तो मैं इंडिया च कुछ देख लैना। तो उत्थे किते ना किते कुछ एवें दियां हस्तियां भी साड़ियां बैठियां कि जिहड़ियां नॉन SDS कैटेगरी नहीं करदियां। बहुत अच्छी गल आ, वधिया केसिस करने चाहीदे आ, SDS कैटेगरी च ही अप्लाई करना चाहिए है। बट मुद्दा इस गल दा है कि 5.5 वाला बच्चा कित्थे जावे, कित्थे अप्लाई करे दो चो 5.5 वाला बच्चा, कि वह ड्रीम ना लवे कैनेडा दा, वह कैनेडा जाण दे एलिजिबल नहीं है। जे नहीं है तो कैनेडियन गवर्नमेंट ने सानू नॉन SDS कैटेगरी क्यों दिती है? नॉन SDS कैटेगरी इसलिए दिती है जिहड़े साडे बच्चे वीक ने, जिहड़े हाई स्कोर नहीं लै सकते वो ये अप्लाई कर सकते। बट मुद्दा यह है कि आप अप्लाई किवें करना है, वीजा किवें ग्रांट करा ये रखांगे जी, सवाल पेंडिंग रखते हैं कि अप्लाई किवें करना है। सत श्री अकाल जी, हाँ जी अगली कॉल लवेंगे। सत श्री अकाल, की सवाल है जी? हाँ जी सर, मैं कैनेडा का वीजा लगवाना है, मेरे आईएलटीएस की ओवरऑल 5.5 है। ओवरऑल 5.5 मेरे ख्याल इतने तो SDS की भी आके सूई अड़ जानी है, नॉन SDS की भी 5.5 ओवरऑल तो तुम। देखो रणबीर जी अपने कोल ऑप्शनस हुंदियां ने, प्रोविंस हैगे ने काफ़ी अच्छे प्रोविंस ने जिदे विच बच्चा अप्लाई करके 5.5 वाला बच्चा भी वीज़ा किते ना किते कट जाता है। बट ये है कि आप रिस्क लेना चाहते हैं या नहीं लेना चाहते। जे बच्चा साढ़े ना कोऑपरेट करता है, बच्चा साड़ियाँ चीज़ों को समझता है, साढ़े कोल आता है, तो असी उन्हें उस तरीके काउंसलिंग करने की कोशिश करते हैं। दूजी गल है 5.5 वाला बच्चा नॉन SDS कैटेगरी जाऊगा। प्रोविंस जे आप कही वैनकूवर
सरी मैं चल जूंगा, ये आपां भुल जाइए 5.5 वाला बच्चा इन्हां प्रोविंसेस दे विच तां बिल्कुल वीज़ा नहीं निकल सकता। जे वीज़ा आपां कढ़ना है तो सानू अदर प्रोविंस देखने पैने हैं जिथे पापूलेशन घट आ, जिथे कैनेडियन गवर्नमेंट नूं भी जरूरत आ कि उत्थे बच्चे आउण पढ़न आ के, तो उत्थे कल दे दिन PR भी ईजी आ, उत्थे जाके बच्चा सरवाइव कर सकदा, उत्थे अप्लाई कर ले। जे तुसीं कहोगे मैं रिश्तेदार कोल जाना है, फलाने कॉलेज जाना है, फलाना कोर्स लैना 5.5 वाला बच्चा, तो उहदे लई कोई चॉइस नहीं है। सिर्फ इक्को चॉइस है कि तुसीं सिस्टम नूं समझना है, सिस्टम दे विच पै के अप्लाई करो। चाहे तुहाडा नॉन SDS केस आ, बट आपां रूल एंड रेगुलेशन सिस्टम असीं SDS वाला ही फॉलो करना है जी। अगले कॉल जी। हेलो जी। हेलो। हाँ जी, सत श्री अकाल जी, की सवाल है? सत श्री अकाल जी, सर मेरा सवाल है कि मैं क्लास 2 की CA 2020 जी, 54% नंबर है मेरी आर्ट्स। कादे च? आर्ट्स दे विच। आर्ट्स की है जी, जी, जी। ओवरऑल मेरे 6 और मॉडल्स है मेरे 5.5 है। मेरा वीजा आ सकता है सर कनाडा का? जी 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 जी। होल्ड करो जी, ਤੁਸੀਂ ਗੁਰਪ੍ਰੀਤ ਜੀ ਪ੍ਰੋਫਾਈਲ ਦੱਸ ਚੁੱਕੇ ਨੇ। 2020 ਪਲੱਸ 2 54 ਆਰਟਸ ਦੇ ਵਿੱਚ 6 ਨੇ, ਦੋਵਾਂ 'ਚ 5.5। ਕਿੰਨੀ ਵਾਰ ਪੇਪਰ ਦੇ ਚੁੱਕੇ ਹੋ ਤੁਸੀਂ? ਕਾਲ ਕੱਟੀ ਗਈ ਜੀ। ਦੇਖੋ ਰਣਬੀਰ ਜੀ, ਐਵੇਂ ਦੇ ਕੇਸਿਸ ਨੂੰ ਅਸੀਂ ਰਿਪੀਟ ਆਈਲੈਟਸ 'ਤੇ ਉਦੋਂ ਭੇਜਦੇ ਹੁੰਦੇ ਹਾਂ ਕਿ ਜਦੋਂ ਬੱਚੇ ਨੂੰ ਕੋਨਫੀਡੈਂਸ ਹੋਵੇ ਕਿ ਮੈਂ ਦੁਬਾਰਾ 6E 'ਚ ਜਿਹੜੇ ਆਪਣੇ ਆਈਲੈਟਸ ਇੰਪਰੂਵ ਕਰ ਲੂੰਗਾ, ਮੈਂ ਅੱਗੇ ਇੰਪਰੂਵਮੈਂਟ ਲਈ ਜਾਣਾ ਚਾਹੁੰਦਾ। ਨਹੀਂ ਤਾਂ ਸਾਡੇ ਕੋਲ ਕਾਲਜਿਸ ਹੈਗੇ ਨੇ, ਪ੍ਰੋਵਿੰਸ ਹੈਗੇ ਨੇ ਜਿਹਦੇ ਵਿੱਚ ਆਪਾਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹਾਂ। ਬਟ ਜਿਹੜੀਆਂ ਚੀਜ਼ਾਂ ਮੈਂ ਵਾਰ ਵਾਰ ਇੱਥੇ ਬੋਲਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਬੱਚਾ ਵੈਨਕੂਵਰ, ਸਰੀ, ਜਿਹੜੀਆਂ ਹੋਟ ਪਲੇਸਿਸ ਨੇ ਉਹਨਾਂ ਨੂੰ ਭੁੱਲ ਕੇ ਸਾਡੇ ਕੋਲ ਆਵੇ। ਸਾਡੇ ਵੱਲੋਂ ਇੱਕ ਆਪਸ਼ਨ ਦਿੱਤੀਆਂ ਜਾਣਗੀਆਂ, ICCRC ਮੈਂਬਰ ਸਾਡੇ ਪੈਨਲ 'ਤੇ ਕੰਮ ਕਰਦੇ ਨੇ, ਉਹਨਾਂ ਵੱਲੋਂ ਆਪਸ਼ਨਸ ਦਿੱਤੀਆਂ ਜਾਣਗੀਆਂ। ਜੇ ਬੱਚਾ ਉਹਨਾਂ ਆਪਸ਼ਨਸ ਦੇ ਵਿੱਚ ਅਪਲਾਈ ਕਰਦਾ ਹੈ ਤਾਂ ਅਸੀਂ ਅੱਗੇ ਲੈ ਕੇ ਚੱਲਾਂਗੇ ਕੇਸ। ਅਦਰਵਾਈਜ਼ ਜਿਹੜਾ ਬੱਚਾ ਨੋਨ SDS 'ਚ ਆਪਣੀ ਮਰਜ਼ੀ ਨਾਲ, ਜੇ ਬੱਚਾ ਕਹਿੰਦਾ ਕਿ ਮੈਂ ਇਹਦੇ 'ਚ ਐਡਮਿਸ਼ਨ ਕਰਵਾਉਣੀ ਹੈ, ਇਹਦੇ 'ਚ ਐਡਮਿਸ਼ਨ ਕਰਵਾਉਣੀ ਆ, ਉਹਦੇ ਲਈ ਮੁਸ਼ਕਿਲ ਆ। ਬਾਕੀ ਇਹ ਕੋਈ ਨਹੀਂ ਹੈ ਕਿ ਸਾਰੇ ਕਾਲਜਿਸ ਨੋਨ SDS ਹੀ, 2 ਚੋਂ 5.5 ਵਾਲੇ ਲਈ ਆ ਸਾਡੇ ਕੋਲ, ਜਾਂ ਸਾਡੇ ਕੋਲ ਆਪਸ਼ਨ SDS ਕਾਲਜ ਦੀ ਹੈ ਹੀ ਨਹੀਂ ਆ। ਆਪਸ਼ਨਸ ਹੈਗੀਆਂ ਨੇ, ਬਟ ਆਪਾਂ ਤਰੀਕੇ ਨਾਲ ਸਿਸਟਮ ਨੂੰ ਸਮਝ ਕੇ, ਜਿਹੜੀ ਮੈਂ ਵਾਰ ਵਾਰ ਗੱਲ ਕਰ ਰਹੀ ਹਾਂ ਕਿ ਆਪਾਂ ਸਿਸਟਮ ਨੂੰ ਸਮਝ ਕੇ ਨੋਨ SDS ਕੈਟੇਗਰੀ 'ਚ ਵੀਜ਼ਾ ਲੈ ਸਕਦੇ ਹਾਂ। ਜਿਵੇਂ ਮੰਨ ਲਓ ਸਾਡਾ ਪ੍ਰੋਫਾਈਲ ਨੋਨ SDS ਆ, ਆਪਾਂ SDS ਕਿਹੜੀ ਜਗ੍ਹਾ 'ਤੇ SDS ਕਾਲਜ 'ਚ ਐਡਮਿਸ਼ਨ ਲਈਏ ਕਿ ਸਾਡਾ ਵੀਜ਼ਾ ਵੀ ਨਿਕਲ ਜਾਵੇ ਅਤੇ ਕੱਲ੍ਹ ਦੇ ਦਿਨ ਸਾਨੂੰ PR ਲੈਣ 'ਚ ਜਾਂ ਕਿਸੇ ਵੀ ਚੀਜ਼ 'ਚ ਉੱਥੇ ਰਹਿਣ 'ਚ, ਸਟੱਡੀ ਕਰਨ 'ਚ ਪ੍ਰੋਬਲਮ ਨਾ ਆਵੇ। ਜੀ ਗੁਰਪ੍ਰੀਤ ਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਨੋਨ SDS ਦੀ PTE ਦੀ ਜੀ ਫਰੈਸ਼ ਕੇਸਾਂ ਲਈ 2 ਮਿੰਟ ਲਾ ਲਈਏ ਆਪਾਂ। ਫਰੈਸ਼ ਕੇਸ 20 ਦੇ ਵਿੱਚ ਔਰ 21 ਦੇ ਵਿੱਚ ਪਾਸ ਆਊਟ ਹੋਏ, ਔਰ ਕਈਆਂ ਦਾ ਇਰਾਦਾ ਆਸਟ੍ਰੇਲੀਆ ਜਾਣ ਦਾ ਸੀ, ਕਈਆਂ ਦਾ ਕੈਨੇਡਾ ਜਾਣ ਦਾ ਸੀ, ਸਭ ਕੁਛ ਕਲੀਅਰ ਹੈ ਹੁਣ। ਕੀ ਹੁਣ ਬੱਚਾ ਆਉਣਾ ਸ਼ੁਰੂ ਹੋ ਗਿਆ, ਬੱਚਾ ਕਾਲ ਕਰਨਾ ਸ਼ੁਰੂ ਹੋ ਗਿਆ, ਬੱਚਾ ਕੌਂਸਲਿੰਗ ਲਈ ਰੈਡੀ ਹੈ ਹੁਣ? ਬਿਲਕੁਲ ਰਣਬੀਰ ਜੀ, ਕੁਛ ਬੱਚੇ ਇਹ ਸੋਚਦੇ ਆ ਕਿ ਫਲਾਈਟਸ ਨੂੰ ਲੈ ਕੇ ਜਿਹੜੀਆਂ ਕਨਫਿਊਜ਼ਨ ਸੀ ਉਹ ਬੱਚਿਆਂ ਦੀਆਂ ਕਲੀਅਰ ਹੋ ਚੁੱਕੀਆਂ ਕਿ ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਹੋਈ 15 ਦਸੰਬਰ ਤੋਂ ਬਾਅਦ ਕਿ ਫਲਾਈਟਸ ਜਿਹੜੀਆਂ ਪੋਸਟਪੋਨ ਹੋਈਆਂ ਜਾਂ ਫਲਾਈਟਸ ਨੂੰ ਜਿਹੜੀਆਂ ਅੱਗੇ ਡਿਲੇ ਕਰ ਦਿੱਤੀਆਂ, ਫਲਾਈਟਸ ਜਿਹੜੀਆਂ ਓਪਨ ਨੇ ਇਸ ਟਾਈਮ। ਆਸਟ੍ਰੇਲੀਆ ਔਰ ਕੈਨੇਡਾ ਨੇ ਟੂਰਿਸਟ ਵੀਜ਼ੇ ਨੂੰ ਤਾਂ ਪ੍ਰੈਫਰੈਂਸ ਹਜੇ ਨਹੀਂ ਦਿੱਤੀ, ਬਟ ਜਿਹੜਾ ਬੱਚਾ ਸਟੱਡੀ ਵੀਜ਼ੇ ਲਈ ਜਾਣਾ ਚਾਹੁੰਦਾ ਹੈ ਜਾਂ ਜਿਹੜਾ ਬੱਚਾ ਉੱਥੇ ਵਰਕ ਪਰਮਿਟ 'ਤੇ ਸੀ ਜਾਂ ਕੋਈ PR ਵਾਲਾ ਉਹਨਾਂ ਦਾ ਇੱਥੇ ਕੈਂਡੀਡੇਟ ਫਸਿਆ ਹੋਇਆ ਸੀ, ਉਹਨਾਂ ਦੇ ਲਈ ਫਲਾਈਟਸ ਇਸ ਟਾਈਮ ਓਪਨ ਨੇ। ਕਿਸੇ ਵੀ ਤਰ੍ਹਾਂ ਦੀ ਜਿਹੜੇ ਸਾਡੇ ਕੋਲ ਰੋਂਗ ਇਨਫੋਰਮੇਸ਼ਨ ਆ ਰਹੀ ਸੀਗੀ, ਆਸਟ੍ਰੇਲੀਆ ਤਾਂ ਫੈਬ ਤੱਕ ਬੰਦ ਹੋ ਗਿਆ, ਆਸਟ੍ਰੇਲੀਆ ਤਾਂ 2022 ਤੱਕ ਓਪਨ ਨਹੀਂ ਹੋਣਾ, ਉਹ ਚੀਜ਼ਾਂ ਤੋਂ ਅੱਜ ਆਸਟ੍ਰੇਲੀਆ ਜਿਹੜੀਆਂ ਤੁਹਾਡੇ ਸਾਹਮਣੇ ਚੀਜ਼ਾਂ ਹੈ, ਆਸਟ੍ਰੇਲੀਆ ਦੀਆਂ ਫਲਾਈਟਸ ਓਪਨ ਨੇ, ਆਸਟ੍ਰੇਲੀਆ ਓਪਨ ਹੈ, ਇਸ ਟਾਈਮ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ। ਔਰ ਜਿਹੜੇ ਬੱਚਿਆਂ ਦੇ ਵੀਜ਼ਾ ਆਏ ਸੀਗੇ ਉਹ ਬੱਚੇ ਫਲਾਈ ਕਰ ਸਕਦੇ ਨੇ। ਔਰ ਬਹੁਤ ਸਾਰੀਆਂ ਇੱਕ ਰਣਬੀਰ ਜੀ ਚੀਜ਼ਾਂ ਆ ਰਹੀਆਂ ਕਿ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ ਹੈ ਬਟ ਉਹਦਾ ਕੈਂਸਲ ਹੋ ਗਿਆ, ਕੀ ਕੈਂਸਲ ਦੇ ਰੀਜ਼ਨ ਰਹੇ ਆ? ਤੁਸੀਂ ਆਪਣੀ ਜਿਹੜੀ COE ਆ ਉਹ ਅਪਲੋਡ ਨਹੀਂ ਕੀਤੀ ਹੋਊਗੀ, ਜਾਂ ਤੁਸੀਂ ਉਹਨਾਂ ਨੂੰ ਵੀਜ਼ਾ ਅਫਸਰ ਨੇ ਕੋਈ ਤੁਹਾਡੇ ਤੋਂ ਡਾਕੂਮੈਂਟ ਮੰਗਿਆ ਉਹ ਸਬਮਿਟ ਨਹੀਂ ਕੀਤਾ ਹੋਊਗਾ। ਇਹਨਾਂ ਆਸਟ੍ਰੇਲੀਆ ਦੀ 1-2 ਕਾਲਸ ਆਈਆਂ ਕਿ ਮੈਮ ਮੇਰਾ ਵੀਜ਼ਾ ਕੈਂਸਲ ਹੋ ਗਿਆ, ਅਪਡੇਟ ਮੈਨੂੰ ਇਹੋ ਜਿਹੀ ਦਿਖਾ ਰਹੇ ਆ, ਬਟ ਇਹੋ ਜਿਹਾ ਹੋ ਨਹੀਂ ਸਕਦਾ। ਬਟ ਉਹਨਾਂ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਘਰੇ ਬੈਠ ਕੇ ਜੇ ਤੁਸੀਂ ਫੋਨ ਕਾਲ 'ਤੇ ਸਾਡੇ ਨਾਲ ਡਿਸਕਸ ਕਰੋਗੇ ਉਹ ਸਾਡੇ ਲਈ ਮੁਸ਼ਕਿਲ ਆ, ਤੁਸੀਂ ਆਫਿਸ ਵਿਜ਼ਿਟ ਕਰੋ। ਔਰ ਜਿਹੜੇ ਬੱਚਿਆਂ ਦੇ ਵੀਜ਼ਾਸ ਆਏ ਨੇ, ਆ ਚੁੱਕੇ ਨੇ, ਉਹ ਬੱਚੇ ਫਲਾਈ ਕਰ ਲੈਣ, ਡਿਲੇ ਨਾ ਕਰਨ, ਆਪਣੇ ਡਾਕੂਮੈਂਟਸ ਚੈੱਕ ਕਰ ਲੈਣ ਕਿ ਕੋਈ ਡਾਕੂਮੈਂਟ ਤਾਂ ਨਹੀਂ ਰਹਿੰਦਾ ਅੰਬੈਸੀ ਨੇ ਮੰਗਿਆ ਹੋਵੇ, ਕਿਉਂਕਿ ਜਦੋਂ ਤੋਂ ਆਸਟ੍ਰੇਲੀਆ ਨੇ ਫਲਾਈਟਸ ਓਪਨ ਕੀਤੀਆਂ ਨੇ 1-2 ਸਾਨੂੰ ਫੋਨ ਕਾਲਸ ਆਈਆਂ ਨੇ ਵੀਜ਼ਾ ਕੈਂਸਲਸ ਦੀਆਂ। ਇਸ ਕਰਕੇ ਇਹਨਾਂ ਚੀਜ਼ਾਂ ਦਾ ਹੁਣੇ ਤੁਸੀਂ ਧਿਆਨ ਰੱਖੋ, ਕਿਉਂਕਿ ਕੈਨੇਡਾ 'ਚ ਵੀ ਇਹ ਚੀਜ਼ਾਂ ਹੋ ਚੁੱਕੀਆਂ ਨੇ, ਆਸਟ੍ਰੇਲੀਆ ਵਾਲੇ ਬੱਚੇ ਇਹ ਚੀਜ਼ਾਂ ਫੇਸ ਨਾ ਕਰਨ। ਔਰ ਜਿਹੜੇ ਫਰੈਸ਼ ਕੇਸ ਸਾਡੇ ਅਪਲਾਈ ਕਰਨਾ ਚਾਹੁੰਦੇ ਨੇ, ਆਸਟ੍ਰੇਲੀਆ ਬਿਲਕੁਲ ਇਸ ਟਾਈਮ ਓਪਨ ਹੈ, ਕੈਨੇਡਾ ਦੇ ਵਿੱਚ ਵੀ ਸਾਰੀਆਂ ਸੀਟਸ ਜਿਹੜੀਆਂ ਮਈ ਇਨਟੇਕ ਲਈ ਅਪਰੋਕਸ ਫੁੱਲ ਹੋਣ ਵਾਲੀਆਂ
ਹੁੰਦੀਆਂ ਨੇ, ਟਾਈਮ ਰਹਿੰਦੇ ਅਪਲਾਈ ਕਰ ਲਓ, ਡਿਲੇ ਨਾ ਕਰੋ। ਗੁਰਪ੍ਰੀਤ ਜੀ, ਹੁਣ ਜਿਸ ਦਿਨ ਦੀਆਂ ਫਲਾਈਟਸ ਸ਼ੁਰੂ ਹੋਣੀਆਂ ਸਟਾਰਟ ਹੋ ਗਈਆਂ ਥੋੜ੍ਹੀਆਂ ਥੋੜ੍ਹੀਆਂ ਜੀ, ਤਾਂ ਇੱਕ ਵਰਗ ਵਿਚਾਰਾ ਉਹ ਵੀ ਉੱਠਿਆ ਕਿ ਤੁਸੀਂ ਦੇਸ਼ ਪ੍ਰਦੇਸ਼ 'ਚ US ਦੀ ਗੱਲ ਕਰਦੇ ਹੋ ਜੀ, ਕੈਨੇਡਾ ਦੀ ਕਰਦੇ ਹੋ, ਆਸਟ੍ਰੇਲੀਆ ਦੀ ਕਰਨ ਲੱਗ ਗਏ, ਸਾਡੀ ਗੱਲ ਹੀ ਨਹੀਂ ਕਰਦੇ, ਸਿੰਗਾਪੁਰ ਦੀ, ਸਾਈਪ੍ਰੈਸ ਦੀ, ਜਾਂ ਯੂਰਪ ਜਾਣੇ ਵਾਲੇ ਬੱਚਿਆਂ ਦੀ। ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਇਗਨੋਰ ਕਰ ਰਹੇ ਹਾਂ, ਕੋਈ ਛੋਟਾ ਕੰਟਰੀ ਸਮਝਦੇ ਹਾਂ, ਜਾਂ ਅਸੀਂ ਕੋਈ ਗਿਆਨ ਨਹੀਂ ਦੇਣਾ ਚਾਹੁੰਦੇ ਹਾਂ, ਸਾਡੇ ਕੋਲ ਐਕਸਪਰਟ ਨਹੀਂ। ਸਵਾਲ ਇਹੀ ਸੀ ਕਿ ਫਲਾਈਟਾਂ ਨਹੀਂ ਸ਼ੁਰੂ ਹੋਈਆਂ, ਬੱਚਿਆਂ ਨੇ ਕਹਿਣਾ ਸੀ ਕਿ ਅਸੀਂ ਰੂਲ ਐਂਡ ਰੈਗੂਲੇਸ਼ਨ ਦੱਸੀ ਜਾ ਰਹੇ ਹਾਂ ਕਿ ਫਲਾਈਟਾਂ ਸ਼ੁਰੂ ਨਹੀਂ ਹੋਈਆਂ। ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਕੋਈ ਨਹੀਂ ਜੀ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਵੀਜ਼ਾ ਲੈਣ ਨੂੰ ਲੱਗਣਗੇ, ਇਹਦੇ ਬਾਰੇ ਚਾਨਣਾ ਪਾਓ। ਖੈਰ, ਆਪਾਂ ਕਾਲ ਲੈ ਲਈਏ ਜੀ, ਕਾਲ ਕਾਫੀ ਬਰਬਾਦ ਚੁੱਕੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਇਹ ਸਵਾਲ ਦੋ ਤਿੰਨ ਵਾਰ ਆ ਲਿਆ ਜੀ, ਤੁਸੀਂ ਆਪਣਾ ਜਵਾਬ ਟੀਵੀ 'ਤੇ ਲੈ ਸਕਦੇ ਹੋ। ਗੁਰਪ੍ਰੀਤ ਜੀ, ਮੈਂ ਥੋੜ੍ਹਾ ਜਿਹਾ ਚਾਹੁੰਦਾ ਕਿ ਇਹਨੂੰ ਐਲੈਬਰੇਟ ਕਰ ਦਿਓ ਕਿ ਇੱਕ 5.5 ਨੇ, ਬਾਕੀ ਪ੍ਰੋਫਾਈਲ ਬਹੁਤ ਗੁੱਡ ਹੈ, ਬਾਕੀਆਂ 'ਚ ਵੀ ਕਮਜ਼ੋਰੀ ਹੈ, ਫੋਰ ਐਗਜ਼ਾਮਪਲ ਪਰਸੈਂਟੇਜ ਪੂਰੀ ਉੱਪਰੋਂ ਗੈਪ ਹੈਗਾ, ਇੱਕ 5.5 ਹੋਣਾ, ਬਾਕੀ ਕਿਹੜੇ ਪੱਖ ਮਜ਼ਬੂਤ ਚਾਹੀਦੇ ਵੀਜ਼ਾ ਲੈਣ ਲਈ? ਰਣਬੀਰ ਜੀ, ਆਪਾਂ ਇਕੱਲੇ ਆਈਲੈਟ ਸਕੋਰ ਨੂੰ ਲੈ ਲੈਂਦੇ ਹਾਂ ਕਿ ਆਈਲੈਟ ਸਕੋਰ 1 ਚੋਂ 5.5 ਆ, ਆਪਾਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਚੈੱਕ ਕਰੀਏ, ਆਪਾਂ ਆਪਣੀ ਪਰਸੈਂਟੇਜ ਕੀ ਆ। ਦੂਸਰੀ ਗੱਲ, ਆਪਾਂ ਜਿਹੜਾ ਰੈਲਵੈਂਸ ਕੋਰਸ ਲੈਣਾ ਹੈ ਉਹਦੇ 'ਚ ਪਰਸੈਂਟੇਜ ਆਪਣੀ ਹਾਈ ਹੈ। ਦੂਸਰੀ ਗੱਲ ਇਹ ਆ ਕਿ ਆਪਾਂ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਆਪਣੇ ਲਾ ਰਹੇ ਹਾਂ ਉਹ ਆਪਣੇ ਕਿਵੇਂ ਦੇਣੇ। ਬੱਚੇ ਜਿਹੜੀ ਦੂਸਰੀ ਗਲਤੀ ਕਰਦੇ ਆ, ਕੋਰਸ ਨੂੰ ਲੈ ਕੇ, ਲੋਕੇਸ਼ਨ ਨੂੰ ਲੈ ਕੇ, ਪ੍ਰੋਵਿੰਸ ਨੂੰ ਲੈ ਕੇ, ਇਹ ਚੀਜ਼ਾਂ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ। 1 ਚੋਂ 5.5 ਵਾਲੇ ਬੱਚੇ ਲਈ SDS ਕਾਲਜ ਵੀ ਕਾਫੀ ਆਪਸ਼ਨਸ ਦੇ ਰਹੇ ਨੇ ਸਾਨੂੰ, ਉਹ ਵੀ ਲੈ ਸਕਦੇ ਨੇ ਬੱਚੇ ਕਿਤੇ ਨਾ ਕਿਤੇ 1 ਚੋਂ 5.5 ਨੋਨ SDS ਜਿਹੜੇ ਕਾਲਜਿਸ ਨੇ ਉਹ ਵੀ ਲੈ ਲੈਂਦੇ ਨੇ, ਉੱਥੇ ਕਿਤੇ ਨਾ ਕਿਤੇ ਮਾਰ ਬੱਚਾ ਖਾ ਜਾਂਦਾ। ਜਿਹੜੇ ਆਪਾਂ ਪਿੱਲਰ ਮਜ਼ਬੂਤ ਕਰਨੇ ਆ SDS ਕਾਲਜ ਲੈ ਕੇ, SDS ਵਾਲੇ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਦੇ ਹੋਏ GIC ਕਰਵਾਉਣਾ, ਟਿਊਸ਼ਨ ਫੀਸ ਪੇ ਕਰਨੀ ਆ, ਇੱਕ ਆਪਾਂ ਪੈਕੇਜ ਦੇ ਸਿਸਟਮ 'ਚ ਨਹੀਂ ਪੈਣਾ, ਆਪਾਂ ਨੋਨ SDS ਪ੍ਰੋਫਾਈਲ ਆ, ਆਪਾਂ ਆਪਣਾ ਅਪਲਾਈ ਕਰੀਏ, ਆਪਣੀ ਫੀਸ ਭਰੀਏ, ਆਪਣਾ GIC ਕਰਾਈਏ, ਕਿਉਂਕਿ ਤੁਹਾਡੀ ਪ੍ਰੋਫਾਈਲ ਕੁਛ ਕਾਲਜਿਸ ਹੁੰਦੇ ਆ ਜਿਹੜੇ ਤੁਹਾਨੂੰ ਕਿ ਆਫਟਰ ਵੀਜ਼ਾ ਟਿਊਸ਼ਨ ਫੀਸ ਕਰ ਦਿੰਦੇ ਆ, ਜਾਂ ਕੁਛ ਇੱਥੇ ਆਪਣੇ ਕੰਸਲਟੈਂਟ ਪੈਕੇਜ 'ਚ ਕੰਮ ਕਰਦੇ ਹੋ, ਉਹਨਾਂ ਚੀਜ਼ਾਂ 'ਚ ਆਪਾਂ ਨਾ ਪਈਏ। ਆਪਾਂ ਆਪਣੇ ਪਿੱਲਰ ਕਿਵੇਂ ਮਜ਼ਬੂਤ ਕਰਨੇ, ਆਪਣੀਆਂ ਟਿਊਸ਼ਨ ਫੀਸ ਭਰ ਕੇ, ਆਪਣੇ ਸਾਰੇ ਡਾਕੂਮੈਂਟ ਆਪਣੇ ਕੰਪਲੀਟ ਹੋਣੇ ਚਾਹੀਦੇ ਆ, ਤਾਂ ਕਿ ਕੱਲ੍ਹ ਦੇ ਦਿਨ ਵੀਜ਼ਾ ਅਫਸਰ ਚੀਜ਼ਾਂ ਚੈੱਕ ਕਰੇ ਹਰ ਚੀਜ਼ ਤੋਂ। ਆਪਾਂ ਇੱਕ ਜੈਨੂਅਨ ਕੈਰੀਅਰ ਕੌਨਸ਼ੀਅਸ ਸਟੂਡੈਂਟ ਲੱਗਣੇ ਚਾਹੀਦੇ, ਉਸ ਤੋਂ ਬਾਅਦ ਵੀਜ਼ਾ ਅਫਸਰ ਕਦੀ ਵੀ ਵੀਜ਼ਾ ਗ੍ਰਾਂਟ ਨਹੀਂ ਕਰਦਾ। ਨੋਨ SDS ਕੈਟੇਗਰੀ ਬੱਚਿਆਂ ਲਈ ਹੀ ਬਣਾਈ ਗਈ ਹੈ, ਆਪਣੇ ਲਈ ਹੀ ਬਣਾਈ ਗਈ ਹੈ, ਇਹਦੇ ਵਿੱਚ ਅਪਲਾਈ ਕਰਕੇ ਆਰਾਮ ਨਾਲ ਆਪਾਂ ਵੀਜ਼ਾ ਲੈ ਸਕਦੇ। ਗੁਰਪ੍ਰੀਤ ਜੀ, ਉਹਨਾਂ ਦਾ ਵੀ ਉਲਾਂਬਾ ਤਾਰਦੀ ਜਿਹੜੇ ਕਹਿੰਦੇ ਜੀ ਤੁਸੀਂ ਸਾਰਾ ਦਿਨ 6 ਸੀਟ 70% ਸਪੋਂਸਰ ਆਪਣਾ ਜਿਹੜੀ ਕਿ ਸਕੋਲਰਸ਼ਿਪ ਮਿਲਦੀ ਹੈ ਉਹਦੀਆਂ ਗੱਲਾਂ ਕਰਦੇ ਹੋ, US ਕੈਨੇਡਾ ਦੀਆਂ, ਸਾਡੀ ਵੀ ਕਰੋ। ਚਲੋ, ਮੈਂ ਕਹਿੰਦਾ ਹਾਲੇ ਫਲਾਈਟਾਂ ਸ਼ੁਰੂ ਨਹੀਂ ਹੋਈਆਂ, 3 ਤੋਂ 6 ਲੱਖ ਦੇ ਵਿੱਚ ਬੱਚਿਆਂ ਨੇ ਡਿਮਾਂਡ ਕੀਤੀ ਹੈ ਕਿਹੜੇ ਕਿਹੜੇ ਕੰਟਰੀ ਜਾ ਸਕਦੇ ਹੈ ਔਰ ਕਦੋਂ ਖੁੱਲ੍ਹਣੇ ਨੇ, ਕਿਹੜੀਆਂ ਸ਼ਰਤਾਂ ਦੇ ਆਧਾਰ 'ਤੇ ਹੋਏਗਾ? ਰਣਬੀਰ ਜੀ, ਬਹੁਤ ਜਲਦ ਸਿੰਗਾਪੁਰ ਹੋ ਗਿਆ, ਯੂਰਪ ਹੋ ਗਿਆ, ਸਾਈਪ੍ਰੈਸ ਹੋ ਗਿਆ, ਇਹ ਕੰਟਰੀ ਖੁੱਲ੍ਹਣ ਜਾ ਰਹੇ ਨੇ। 40 ਤੋਂ 45 ਦਿਨ ਦੇ ਵਿੱਚ ਇਹ ਕੰਟਰੀ ਖੁੱਲ੍ਹ ਜਾਣਗੇ, ਤੁਸੀਂ ਅਪਲਾਈ ਕਰ ਸਕਦੇ ਹੋ, ਜਾ ਸਕਦੇ ਹੋ। ਔਰ ਇੱਕ ਆਪਾਂ ਗੱਲ ਕਰੀਏ ਕਿ ਜਿਹੜੇ ਬੱਚੇ ਕੁਛ ਕੈਨੇਡਾ ਵਿੱਚ ਕਹਿੰਦੇ ਸੀਗੇ ਜਿਹੜੇ ਵੀ 2 ਸਾਲ ਦਾ ਕੋਰਸ ਸਾਨੂੰ ਮਿਨੀਮਮ ਟੂ ਮਿਨੀਮਮ ਜਿਹੜਾ ਪ੍ਰਾਈਜ਼ ਆ ਉਹਦੇ 'ਤੇ ਮਿਲ ਜੇ, ਅਸੀਂ 9 ਲੱਖ 8 ਲੱਖ ਫੀਸ ਨਹੀਂ ਭਰ ਸਕਦੇ, ਉਹਦੇ ਲਈ ਸਾਡੇ ਕੋਲ 6 ਲੱਖ ਦੇ ਵਿੱਚ 2 ਸਾਲ ਦਾ ਕੋਰਸ ਕਰਾਉਣ ਲਈ ਕਾਲਜ ਰੈਡੀ ਆ। ਚਾਹੇ ਬੱਚੇ ਦੇ 2 ਚੋਂ 5.5 ਆ, 1 ਚੋਂ 5.5 ਆ, ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ, ਕਿਉਂਕਿ ਤੁਸੀਂ ਸਕੋਲਰਸ਼ਿਪ ਦੀ ਗੱਲ ਕੀਤੀ ਆ। ਸਕੋਲਰਸ਼ਿਪ ਨੂੰ ਛੱਡ ਕੇ ਇਹ ਕਾਲਜ ਹੀ, ਮੈਂ ਇੱਥੇ ਬੋਲ ਸਕਦੀ ਹਾਂ, ਇਹ ਕਾਲਜ 25% ਸਕੋਲਰਸ਼ਿਪ ਦਊਗਾ, 30% ਦਊਗਾ ਸਕੋਲਰਸ਼ਿਪ, ਬਟ ਇਹ ਕਾਲਜ ਹੀ ਤੁਹਾਨੂੰ 6 ਲੱਖ ਦੇ ਵਿੱਚ 2 ਸਾਲ ਦਾ ਡਿਪਲੋਮਾ ਦੇਣ ਨੂੰ ਰੈਡੀ ਆ। ਇਸ ਤੋਂ ਉੱਪਰ ਕੈਨੇਡਾ 'ਚ ਆਪਾਂ ਸੋਚ ਨਹੀਂ ਸਕਦੇ ਕਿ ਉਦੋਂ ਆਪਾਂ ਗੱਲਾਂ ਕਰਦੇ ਸੀ ਕਿ 6 ਲੱਖ 'ਚ ਕੌਣ ਕੈਨੇਡਾ ਜਾ ਸਕਦਾ ਹੈ, ਕੌਣ ਆ ਸਕਦਾ ਹੈ। ਇਸ ਟਾਈਮ ਕਾਲਜਿਸ ਵੱਲੋਂ ਸਾਨੂੰ ਆਫਰ ਆ ਰਹੀ ਹੈ, ਮੈਂ ਕਾਲਜਿਸ ਦੇ ਨਾਮ ਡਿਸਕਲੋਜ਼ ਨਹੀਂ ਕਰ ਸਕਦੀ, 2 ਸਾਲ ਦਾ ਕਾਲਜ ਜਿਹੜਾ ਡਿਪਲੋਮਾ 6 ਲੱਖ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਨ ਲਈ ਤਿਆਰ ਹੈ ਜੀ। ਗੁਰਪ੍ਰੀਤ ਜੀ, ਆਪਾਂ ਚੱਲਦੇ ਚੱਲਦੇ ਇੰਨੀ ਇੱਕ ਗੱਲ ਜ਼ਰੂਰ ਕਰ ਲਈਏ ਕਿ ਬੱਚਿਆਂ ਦੇ ਮਨ 'ਚ ਨਾ ਇੱਕ ਬੜਾ ਸਵਾਲ ਉੱਠ ਰਿਹਾ ਕਾਫੀ ਦਿਨਾਂ ਤੋਂ ਕਿ ਜੀ ਕੈਨੇਡਾ ਤਾਂ ਪੱਕੇ ਕਰਦਾ ਸੀ, ਸੁਣਿਆ UK ਦੇ ਵਿੱਚ ਵੀ ਪੋਲਿਸੀ ਚੇਂਜ ਹੋਊਗੀ, ਆਸਟ੍ਰੇਲੀਆ ਬੜੀ ਜਲਦੀ PR ਪੋਲਿਸੀ ਲੈ ਕੇ ਆ ਰਿਹਾ ਕਿ ਜੀ ਚਲੇ ਜਾਈਏ ਸਿੰਗਾਪੁਰ, ਸਾਈਪ੍ਰੈਸ, ਯੂਰਪ, ਕਦੇ ਤਾਂ ਦਾ ਲੱਗੂਗਾ। ਦੇਖੋ, ਅਸੀਂ ਤਾਂ ਨਹੀਂ ਕਹਿੰਦੇ ਲੱਗੇ ਨਾ ਲੱਗੇ, ਪਰ ਪੜ੍ਹਾਈ ਲਈ ਮੇਰੇ ਖਿਆਲ ਜਾਣਾ ਚਾਹੀਦਾ, ਕੀ ਕਹਿੰਦੇ? ਬਿਲਕੁਲ ਰਣਬੀਰ ਜੀ, ਅੱਜ ਹਰ ਕੰਟਰੀ ਦੀ ਜਿਹੜੀ ਰਿਕੁਆਇਰਮੈਂਟ ਹੈ ਮੈਨ ਪਾਵਰ ਹੈ। ਜਦੋਂ ਮੇਰੀ ਰਿਕੁਆਇਰਮੈਂਟ ਮੈਨ ਪਾਵਰ ਆ, ਚਾਹੇ ਮੈਂ ਸਿੰਗਾਪੁਰ ਹਾਂ, ਸਾਈਪ੍ਰੈਸ ਹਾਂ, ਚਾਹੇ ਕੈਨੇਡਾ, ਚਾਹੇ ਆਸਟ੍ਰੇਲੀਆ, ਕਿਉਂਕਿ ਸਾਰਾ ਜਿਹੜਾ ਸਿਸਟਮ ਉਹ ਚੱਲਣਾ ਮੈਨ ਪਾਵਰ ਦੇ ਉੱਤੇ ਹੀ ਹੈ। ਤੁਸੀਂ ਜਾ ਸਕਦੇ ਹੋ,
अप्लाई करो हर कंट्री की अज डिमांड जी मैनपावर है। न्यूजीलैंड वर्गा कंट्री पक्के नहीं करता सी जी उत्थे इन्ने चिर तो बच्चा बैठा है, पी आर नहीं न्यूजीलैंड की ईजी होंगी थोड़े सामने, उन्होंने घर तो फट फट के उन्होंने पक्के किया कि तुम इस कैटेगरी च आ जाओ, तुम इस कैटेगरी च आ जाओ, असं थोड़ा पक्के करने तैयार हाँ। अज हर कंट्री की चाहे वह छोटा है चाहे व्डा है वो मैन पावर सब की जी जरूरत बनी हुई है, अज वो कमी है उत्थे हर कंट्री के, क्योंकि इन्ने टाइम तो ना तो 2 साल तो फ्लाइट्स जड़िया प्रोपर तरीके जन हो सकिया सी, ना ही उत्थे लोग जाके काम कर पाए सीगे। अज हर कंट्री की जरूरत है मैन पावर, चाहे तुसी किसी भी कंट्री अप्लाई करो, मेरे अकॉर्डिंगली अगे तुहाडा जिहड़ा भविख है सुनहरा ही होएगा। चलो थैंक यू जी, बहुत मेहरबानी, दर्शकों का भी धन्यवाद। उम्मीद करांगे जिन्हां दा उड़ांबा सी वह भी उतर गया होना, और पी टी वालों का उड़ांबा भी उतर गया होना, यूरोप वाले बच्चों का भी, पर फिर भी तुहाडा सवाल, तुहाडा शिकवा, तुहाडे रोस, तुहाडे उड़ांबे सिर मत्थे, क्योंकि तुहाडा उड़ांबा, तुहाडा रोस ही साडे लई इक जोश बनता है, सवाल बनता है, उन्होंने असी मुद्दा लैके आने, सानू पता लगता कि पब्लिक स्टूडेंट साढ़े प्यारे बच्चे की चाहते हैं। सो मेहरबानी, शुक्रिया, तुसी सानू कॉल कर दे, साढ़े नाल जुड़ दे, साडा भी ख्याल रख दे, सानू जगाते रहने हो कि इस विषय पर गल करो। सो सारा का शुक्रिया, धन्यवाद।